ਕੁਵੈਤ ਦੇ ਵਿੱਚ ਕਾਫੀ ਸਾਲਾਂ ਤੋਂ ਇੱਕ ਪ੍ਰੋਜੈਕਟ ਚੱਲ ਰਿਹਾ ਸੀ ਜੋ ਕਿ ਕਾਫੀ ਲੰਬਾ ਇੱਕ ਬ੍ਰਿਜ ਬਣਾਇਆ ਗਿਆ ਸਮੁੰਦਰ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਾਰਿਆਂ ਦਾ? ਮੈਂ ਤੁਹਾਡਾ ਆਪਣਾ ਪੰਜਾਬੀ ਸਾਨੂੰ ਥੱਲੇ ਲਾਉਣ ਨੂੰ ਰੱਬਾ ਇਦਾਂ ਹੀ ਦਿੰਦਾ ਰਹੀ ਤੂੰ ਦਲੇਰੀਆਂ ਚਿੱਤ ਕਰਦਾ ਜ਼ਮਾਨਾ ਪਿੱਛੇ ਲਾਉਣ ਨੂੰ ਰੱਬਾ। ਤੇ ਅੱਜ ਮਾਰਨਿੰਗ ਦੇ ਵਿੱਚ ਇੱਕ ਵੀਰੇ ਦਾ ਮੈਨੂੰ ਇੰਡੀਆ ਤੋਂ ਫੋਨ ਆਇਆ ਕਿ ਵੀਰੇ ਆਪਣੇ ਚੈਨਲ ਤੇ ਕੋਈ ਨਾ ਕੋਈ ਵੀਡੀਓ ਜ਼ਰੂਰ ਅਪਲੋਡ ਕਰਦੇ ਰਿਹਾ ਕਰੋ। ਸੋ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕੁਵੈਤ ਦੇ ਜਿੱਦਾਂ ਦੀ ਆ ਵੀ ਅਪਡੇਟ ਆ ਕੋਈ ਨਾ ਕੋਈ ਨਿਊਜ਼ ਤੁਹਾਡੇ ਨਾਲ ਜ਼ਰੂਰ ਮਾਰਨਿੰਗ ਦੇ ਵਿੱਚ ਜਾਂ ਈਵਨਿੰਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਰਿਹਾ ਕਰਾਂਗੇ। ਸੋ ਅੱਜ ਦੀ ਵੀਡੀਓ ਜਿਹੜੀ ਸੀਗੀ, ਅਸੀਂ ਕੁਵੈਤ ਦੇ ਵਿੱਚ ਕਾਫੀ ਸਾਲਾਂ ਤੋਂ ਇੱਕ ਪ੍ਰੋਜੈਕਟ ਚੱਲ ਰਿਹਾ ਸੀ ਜੋ ਕਿ ਕਾਫੀ ਲੰਬਾ ਇੱਕ ਬ੍ਰਿਜ ਬਣਾਇਆ ਗਿਆ ਸਮੁੰਦਰ ਦੇ ਵਿੱਚ। ਜਦੋਂ ਅਸੀਂ ਵੀ ਸਿਟੀ ਜਾਂਦੇ ਸੀ ਸੋ ਸੋਚਦੇ ਸੀ ਇਹ ਪ੍ਰੋਜੈਕਟ ਕਦੋਂ ਖਤਮ ਹੋਏਗਾ, ਕਦੋਂ ਅਸੀਂ ਇਸ ਰੋਡ ਦੇ ਉੱਤੋਂ ਦੀ ਲੰਘਾਂਗੇ। ਸੋ ਆਲਰੇਡੀ ਉਹ ਅੱਜ 1 ਮਈ ਨੂੰ ਉਦਘਾਟਨ ਕੀਤਾ ਗਿਆ ਸਵੇਰੇ ਮਾਰਨਿੰਗ 10 ਵਜੇ। ਅਤੇ ਉਹ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਚਾਹੁੰਦਾ, ਪਲੀਜ਼ ਸੈਂਡ ਤੱਕ ਉਹ ਵੀਡੀਓ ਨੂੰ ਜ਼ਰੂਰ ਦੇਖਿਓ। ਅਤੇ ਉਹ ਵੀਡੀਓ ਦਾ ਜੋ ਬ੍ਰਿਜ ਦਾ ਨਾਮ ਆ ਉਹਦਾ ਨਾਮ ਰੱਖਿਆ ਗਿਆ ਸ਼ੇਖ ਜਾਵਰ ਅਲ ਅਹਿਮਦ ਅਲ ਸਭਾ। ਸੋ ਤੁਸੀਂ ਯੂਟਿਊਬ ਤੋਂ ਸਰਚ ਮਾਰ ਕੇ ਵੀਡੀਓ ਦੇਖ ਸਕਦੇ ਹਾਂ। ਸੋ ਜੇ ਤੁਸੀਂ ਮੇਰੇ ਯੂਟਿਊਬ ਚੈਨਲ 'ਤੇ ਦੇਖਣਾ ਚਾਹੁੰਦੇ ਹਾਂ ਅਤੇ ਇਸ ਚੈਨਲ 'ਤੇ ਬਣੇ ਰਹੋ, ਐਂਡ ਤੱਕ ਵੀਡੀਓ ਮੈਂ ਪਾਊਂਗਾ। ਸੋ ਪਲੀਜ਼ ਉਹ ਦੇਖ ਲਿਓ, ਬਹੁਤ ਅੱਛਾ ਬ੍ਰਿਜ ਬਣਿਆ ਗਿਆ ਆ। ਅਤੇ ਨੰਬਰ 2, ਇੱਕ ਗੱਲ ਦਾ ਹੋਰ ਸ਼ੇਅਰ ਕਰਨੀ ਸੀਗੀ, ਕੁਵੈਤ ਦੇ ਵਿੱਚ 5 ਤਰੀਕ ਰਮਾਦਾਨ ਯਾਨੀ ਕਿ ਰੋਜ਼ੇ ਸ਼ੁਰੂ ਆ। ਜਿਹੜੇ ਵੀ ਨਵੇਂ ਆਏ ਆ ਪਲੀਜ਼ ਧਿਆਨ ਦੇਣਾ, ਉਹ ਵੀਡੀਓ ਜ਼ਰੂਰ ਦੇਖਣੀ ਆ ਕਿ ਆਪਾਂ ਸਾਰਿਆਂ ਨੇ ਗੌਰ ਕਰਨੀ ਆ ਕਿ ਗਲਫ ਕੰਟਰੀਆਂ ਵਿੱਚ ਸਾਰੀਆਂ ਦੇ ਵਿੱਚ ਹੀ ਜਿਹੜੇ ਰੋਜ਼ੇ ਹੁੰਦੇ ਆ ਮੁਸਲਮਾਨੀ ਯਾਨੀ ਕਿ ਹਰ ਕੰਟਰੀ ਦੇ ਵਿੱਚ ਇਹ ਰੋਜ਼ੇ ਆ ਜਿਹੜੇ ਰੱਖਦੇ ਆ ਆਪਣੇ 1 ਮਹੀਨੇ ਦੇ ਹੁੰਦੇ ਆ। ਸੋ ਹਰ ਡਿਊਟੀਆਂ ਕਿਸੇ ਦੀ 4 ਘੰਟੇ ਜਾਂ ਕਿਸੇ ਦੀ 6 ਘੰਟੇ ਡਿਊਟੀ ਹੁੰਦੀ ਆ। ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਪਣਾ ਬ੍ਰੇਕਫਾਸਟ ਵਗੈਰਾ ਜੋ ਵੀ ਆ ਘਰੋਂ ਕਰਕੇ ਜਾਣਾ, ਬਾਹਰ ਕਿਸੇ ਦੇ ਸਾਹਮਣੇ ਪਾਣੀ ਨਹੀਂ ਪੀਣਾ। ਪੀ ਸਕਦੇ ਹਾਂ ਬਟ ਚੋਰੀ ਸਾਰਿਆਂ ਦੇ ਸਾਹਮਣੇ ਸਾਨੂੰ ਚੰਗਾ ਨਹੀਂ ਲੱਗਦਾ ਕਿ ਅਸੀਂ ਕਿਸੇ ਦੇ ਸਾਹਮਣੇ ਪਾਣੀ ਪੀਏ, ਕਿਉਂਕਿ ਉਹਨਾਂ ਦਾ ਰੋਜ਼ਾ ਹੁੰਦਾ, ਅਸੀਂ ਉਹਨਾਂ ਦੇ ਸਾਹਮਣੇ ਪਾਣੀ ਪੀਵਾਂਗੇ। ਇਹ ਚੀਜ਼ਾਂ ਸਾਨੂੰ ਵੀ ਖੁਦ ਵੀ ਸਮਝਣੀਆਂ ਚਾਹੀਦੀਆਂ ਕਿ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਜੇ ਤੁਹਾਨੂੰ ਪਿਆਸ ਲੱਗਦੀ ਆ ਤੁਸੀਂ ਇੱਧਰ ਉੱਧਰ ਹੋ ਕੇ ਪਾਣੀ ਪੀ ਸਕਦੇ ਹਾਂ, ਬਟ ਬਾਹਰ ਕਿਸੇ ਦੇ ਸਾਹਮਣੇ ਪਾਣੀ ਨਾ ਪੀਓ, ਕੁਛ ਖਾਓ ਨਾ। ਸੋ ਇਸ ਚੀਜ਼ ਦਾ ਪਲੀਜ਼ ਧਿਆਨ ਰੱਖਿਆ ਕਰੋ, ਕਿਉਂਕਿ ਅਸੀਂ ਇਹਨਾਂ ਦੀ ਕੰਟਰੀਆਂ ਦੇ ਵਿੱਚ ਆਏ ਹਾਂ। ਸੋ ਕੰਮ ਕਰਦੇ ਹਾਂ, ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਹਾਂ, ਪਿੱਛੇ ਪੈਸੇ ਭੇਜ ਰਹੇ ਹਾਂ, ਇਹਨਾਂ ਦੀ ਕੰਟਰੀਆਂ ਤੋਂ ਅਸੀਂ ਕਮਾ ਰਹੇ ਹਾਂ। ਸੋ ਪਲੀਜ਼ ਸਾਡਾ ਰਿਸਪੋਂਸੀਬਿਲਟੀ ਬਣਦੀ ਹੈ ਕਿ ਅਸੀਂ ਇਹ ਚੀਜ਼ਾਂ ਨੂੰ please.
ਦੁੱਧਾਂ ਦੇ ਨਾਲ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾ।